देखियो वो सुच्चा सुच्चा पड़ी गयो स्पेशल रेल यात्रा तखत सचखंड श्री हजूर श्री अचल नगर साहब को निकली है। तो सारे ही तख्त साहबाना गुरु की काशी श्री दमदमा साहब तो 4 तारीक न जोड़ा कि गुरु ग्रंथ साहब महाराज जी का पहला प्रकाश है उसनों ये यात्रा समर्पित है। तो शहीद बाबा भुजंग सिंह जी चैरिटेबल ट्रस्ट वालों ये यात्रा कढ़ी गई है। संत महापुरुष जथेदार सिंह साहब संत बाबा कुलवंत सिंह जी और पंज प्यारे साहबान जी की आग्ञा हेठ गुरु ग्रंथ साहब महाराज जी छत्र छाया हेठ ये यात्रा निकली है। प्रधान सरदार रविंदर सिंह जी बंगई वालों ये यात्रा कढ़ी गई है। तो 5 तख्तों के यात्रा जाएगी और 4 तारीक में यह यात्रा उत्तों नगर कीर्तन के रूप में दरबार साहब तो तखत सचखंड श्री हजूर साहब वापस जाएगी। इस यात्रा के तकरीबन 1300 के करीब संगत हैं। महाराज श्री गुरु गोबिंद सिंह महाराज का अस्तबल है बौली साहब उत्थे दे 3 घोड़े ने श्री गुरु ग्रंथ साहब महाराज जी के हथ लिखित स्वरूप जेडे कि रामगढ़िया बंगे के स्वरूप ने वो महाराज के हथ लिखित स्वरूप आप जी दर्शन कर सकते हो। इतों यात्रा कल रात को 8 बजे श्री फतेहगढ़ साहब वास्ते रवाना होएगी। ਇਨਹੀਂ ਬੇਨਤੀ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਸੰਗਤ ਦਾ ਕਿਸ ਤਰ੍ਹਾਂ ਦਾ ਹੁੰਗਾਰਾ ਮਿਲਦਾ ਹੈ ਜੀ ਇਸ ਯਾਤਰਾ ਦੀ ਬੜੀ ਜੀ ਅਸੀਂ ਕੋਟਾਨਕੋਟ ਧੰਨਵਾਦ ਕਰਦੇ ਆ ਸਾਰੀ ਪੰਜਾਬ ਦੀ ਸੰਗਤ ਦਾ ਜਿਨ੍ਹਾਂ ਨੇ ਬਹੁਤ ਹੀ ਸਨਮਾਨ ਦਿੱਤਾ ਸਤਿਕਾਰ ਦਿੱਤਾ ਸੇਵਾ ਦਿੱਤੀ ਹੈ ਵਿਸ਼ੇਸ਼ ਕਰਕੇ ਕਾਨਪੁਰ ਦੀ ਸੰਗਤ ਦਾ ਬਹੁਤ ਵੱਡਾ ਇਕੱਠ ਕਾਨਪੁਰ ਦੇ ਵਿੱਚ ਹੋਇਆ ਸਾਰੇ ਥਾਂ ਤੇ ਸੰਗਤ ਬੜਾ ਹੀ ਮਾਣ ਸਨਮਾਨ ਕਰ ਰਹੀ ਆ ਅਤੇ ਬਹੁਤ ਹੀ ਸ਼ਰਧਾ ਭਾਵਨਾ ਸੰਗਤ ਦੇ ਵਿੱਚ ਹੈਗੀ ਆ ਜਿਵੇਂ ਕਿ ਗੁਰੂ ਸਾਹਿਬ ਜੀ ਦੇ ਬਚਨ ਨੇ ਸੇਵਾ ਸਿਮਰਨ ਦੇ ਵਿੱਚ ਯਾਤਰਾ ਕਰਨੀ ਆ ਉਹ ਤਰ੍ਹਾਂ ਦੇ ਸਾਰਾ ਪਹਿਰਾ ਚੱਲ ਰਿਹਾ ਹੈ ਜੀ। ਠੀਕ ਹੈ ਵਾਹਿਗੁਰੂ ਜੀ ਕਾ ਖਾਲਸਾ। ਮੇਰਾ ਨਾਮ ਜਸਵੀਰ ਸਿੰਘ ਹੈ। ਇਹ ਯਾਤਰਾ ਹਜੂਰ ਸਾਹਿਬ ਤੋਂ ਪ੍ਰਾਰੰਭ ਹੋਈ ਅਤੇ ਪਟਨਾ ਸਾਹਿਬ ਸਟੇ ਕੀਤਾ ਸੀ ਉਸ ਤੋਂ ਬਾਅਦ ਦਿੱਲੀ ਰੁਕੇ ਹਾਂ ਇੱਕ ਦਿਨ ਅਤੇ ਹੁਣ ਅਨੰਦਪੁਰ ਸਾਹਿਬ ਪਹੁੰਚੀਏ ਅਤੇ ਅਗਲਾ ਸਾਡਾ ਪੜਾਅ ਹੈਗਾ ਫਤਿਹਗੜ੍ਹ ਸਾਹਿਬ ਉਸ ਤੋਂ ਬਾਅਦ ਬਠਿੰਡਾ ਅਸੀਂ ਜਾਣਾ ਦਰਬਾਰ ਸਾਹਿਬ ਹੋ ਕੇ ਫਿਰ ਵਾਪਸੀ ਯਾਤਰਾ। ਕਿਵੇਂ ਲੱਗ ਰਿਹਾ ਯਾਤਰਾ ਕਰਕੇ? ਬਹੁਤ ਬਹੁਤ ਵਧੀਆ ਲੱਗ ਰਿਹਾ ਹੈ। ਗੁਰੂ ਘਰ ਦੇ ਕੀਰਤਨੀ ਅੰਦਰ ਬੈਠੇ ਨੇ ਸਿੰਘ ਸਾਹਿਬ ਅੰਦਰ ਬੈਠੇ ਨੇ ਜਿਸ ਚੀਜ਼ ਨੂੰ ਤਰਸਦੇ ਸੀ ਉਹ ਚੀਜ਼ ਸਾਹਮਣੇ ਖੜੀ ਦਿਖ ਰਹੀ ਹੈ ਅਤੇ ਬੜਾ ਅਲੱਗ ਨਜ਼ਾਰਾ ਹੈ। ਗੁਰੂ ਸਾਹਿਬ ਦੇ ਘੋੜੇ ਵੀ ਨਾਲ ਨੇ ਅਤੇ ਜਿੱਥੇ ਵੀ ਗੱਡੀ ਰੁਕਦੀ ਹੈ ਹਜ਼ਾਰਾਂ ਦੀ ਤਾਦਾਦ ਵਿੱਚ ਸੰਗਤ ਆ ਕੇ ਦਰਸ਼ਨ ਕਰਦੀ ਹੈ ਅਤੇ ਇੱਕ ਵੱਖਰਾ ਨਜ਼ਾਰਾ ਦਿਖਦਾ ਹੈ। ਪਤਾ ਲੱਗਦਾ ਸਿੱਖਾਂ ਦੀ ਆਬਾਦੀ ਦਾ ਪਤਾ ਲੱਗਦਾ ਹੈ ਨਵੀਂ ਚੀਜ਼ ਦਿਖਦੀ ਹੈ ਸੰਗਤ ਕਿੰਨੀ ਸੇਵਾ ਕਰਦੀ ਹੈ। ਤੇ ਟ੍ਰੇਨ ਵਿੱਚ ਮੈਨੇਜਮੈਂਟ ਕਿੱਦਾਂ ਦੀ ਹੈ? ਠੀਕ ਹੈ ਸਰ। ਬਹੁਤ ਅੱਛਾ ਬਹੁਤ ਵਧੀਆ ਬਹੁਤ ਵਧੀਆ ਮੈਨੇਜਮੈਂਟ ਹੈਗਾ। ਜਿੱਥੇ ਜਿੱਥੇ ਤੁਸੀਂ ਰਸਤੇ ਦੇ ਵਿੱਚ ਪੜਾ ਰਹੇ ਕਿਸ ਤਰ੍ਹਾਂ ਦੇ ਸੰਗਤਾਂ ਦੇ ਵੱਲੋਂ ਪ੍ਰਬੰਧ ਕੀਤੇ ਗਏ ਸੀ ਤੁਹਾਡੇ? ਬਹੁਤ ਵਧੀਆ ਲੰਗਰ ਦਾ ਪਾਣੀ ਦਾ ਇਹੋ ਜਿਹੇ ਪਦਾਰਥ ਹੈ ਜੋ ਕਿ ਅਸੀਂ ਕਰ ਵੀ ਨਹੀਂ ਸਕਦੇ। ਸੇਵਾ ਦੇ ਢੇਰ ਲੱਗੇ ਹੋਏ ਨੇ, ਪਾਣੀਆਂ ਦੇ ਢੇਰ ਲੱਗੇ ਨੇ, ਕਿਸੇ ਚੀਜ਼ ਦੀ ਕੋਈ ਕਮੀ ਨਹੀਂ। ਗੁਰੂ ਸਾਹਿਬ ਨੇ ਬੜੀ ਬਖਸ਼ਿਸ਼ ਕੀਤੀ ਹੈ, ਬੜਾ ਸਪੋਰਟ ਕੀਤਾ ਗੁਰੂ ਸਾਹਿਬ ਨੇ। ਜੋ ਹਫਤਾ ਨਗਰ ਸਾਹਿਬ ਸੇ ਕਿਆ ਕਹੋਗੇ ਇਸ ਪੂਰੀ ਟ੍ਰੇਨ ਕੇ ਬਾਰੇ ਮੇਂ? ਸੰਗਤ ਬਹੁਤ ਬੜੀਆ ਜੀ, ਸੰਗਤ ਕੀ ਬਹੁਤ ਸੇਵਾ ਹੈ, ਬਹੁਤ ਪ੍ਰੇਮ ਸੇ ਸੇਵਾ ਹੋ ਰਹੀ ਹੈ। ਕਾਨਪੁਰ ਵਾਲੇ ਭਾਈਓ ਕੀ ਮਦਨ ਮੋਹਨ ਮਾਮਾ कहाँ कहाँ अभी जाके आए हो? अभी देखो सचखंड साहब से पटना साहब गए, पटना साहब से दिल्ली साहब गए, दिल्ली साहब से इधर आ गए अनंतपुर साहब। कैसा जोश है संगत में पूरी? बहुत जोश है, बहुत संगत का जोश है। कानपुर में तो जगह नहीं मिल रही थी संगत ठहरने के लिए, इतनी पब्लिक हो गई थी। संगत का बहुत प्यार है गुरु महाराज से और सब संगत बहुत बहुत बोलता, बहुत सेवा कर रही संगत। वाहिगुरु जी का खालसा, वाहिगुरु जी की फतेह। हाँ जी, हजूर साहब तो आए थे। क्या कहोगे इस ट्रेन के बारे में? पूरी संगत यहाँ पर 5 तख्तों के लिए पहुँची हुई है। पूरी सेवा अच्छे नाल हुए है और पूरे तख्त के दर्शन अच्छे नाल हो गए थे जी। कौन कौन से तख्त पर अभी जाके आ चुके? अभी पटना साहब हो गया जी, हजूर साहब तो निकले थे। ठीक है। और अभी दिल्ली तो होना है, अनंतपुर साहब, फिर दमदमा साहब, फिर अकाल तख्त साहब। ठीक है।